ਪਿੰਡ ਵੇਖਣ ਨੂੰ ਦਿਲ ਕਰਦਾ ਆਪਣਾ? ਕਿਉਂ ਨਹੀਂ ਕਰਦਾ? ਆਪਣਾ ਵਤਨ ਨਹੀਂ ਕਰਦਾ? ਵਤਨ ਹੀ ਲੋਕ ਵਤਨ ਨੂੰ ਜਾਂਦੇ ਯੂਸਫ ਦਿੱਲੀ ਛੁੜਾਇਆ ਹੈ, ਮਿਸਰ ਦਾ ਤਖ਼ਤ ਮਿਲ ਗਿਆ ਸੀ ਇਸ ਪਾਸੇ ਅਤੇ ਉਸ ਪਾਸੇ ਉਹ ਕੁਨਿਆਰ ਨੂੰ ਯਾਦ ਕਰਦਾ ਸੀ। ਮੈਂ ਡੋਗਰੀ ਹੱਜ ਕਰਕੇ ਤੇ ਬੰਦੇ ਕਹਿੰਦੇ ਭੁੱਲ ਜਾਂਦੇ ਫਿਰ ਮਦੀਨਾ ਚੌਕੇ ਲੈ ਗਿਆ ਆ ਜਾਂ ਅੱਲਾ ਦਾ ਘਰ ਲੈ ਗਿਆ ਆ, ਉੱਥੇ ਹੀ ਆ ਨਾ ਮਸਜਿਦ ਨਬੀ, ਉੱਥੇ ਹੀ ਆ ਕਿ ਲੈ ਜਾਂਦੇ ਚੌਕੇ? ਘੰਟਾ ਘਰ ਇੱਥੇ ਹੀ ਆ, ਫੈਸਲਾਬਾਦ ਦਾ ਸਟੇਸ਼ਨ ਇੱਥੇ ਹੀ ਹੈਗਾ ਕਿ ਸੁਲਤਾਨਪੁਰ ਦਾ ਲੈ ਗਿਆ ਚੌਕੇ। ਕਿਸੇ ਭੋਲੀਆਂ ਗੱਲਾਂ ਕਰਦੇ, ਸਾਰੀ ਜ਼ਿੰਦਗੀ ਗੁਜ਼ਾਰੀ ਲੁਧਿਆਣੇ ਦੇ ਦੋ ਸਾਰਿਆਂ ਜਿਹਾ ਬੰਦਾ ਪੁੱਛਣਾ ਮੇਰੇ ਕੋਲ ਪੁੱਛ ਲਓ, ਆ ਸਿੱਖਾਂ ਨੇ ਕੇਸ ਲੱਗੇ ਰਾਤ ਤੇ ਸਟਾਫ ਦੇ ਵੀ ਕਰ ਦਿੱਤਾ ਤੇ ਸਵੇਰੇ ਦਿਨ ਚੜੇ ਉੱਠਣਾ ਸੰਤਾਲੀ ਵਿੱਚ ਐਸੀ ਪਈ ਮਾਰ ਸੀ, ਬਚਪਨ ਵਾਲਾ ਯਾਰ ਨਾ ਸਰ ਮਿਲਾ ਦੇ ਫੇਰ ਮੈਨੂੰ ਪੁੱਤੇਰਾ ਲਾਹੌਰ ਤਾਂ ਵਿਖਾ ਦੇ ਓਏ, ਫੇਰ ਮੈਨੂੰ ਪੁੱਤੇਰਾ ਲਾਹੌਰ ਤਾਂ ਵਿਖਾ ਦੇ ਓਏ, ਫੇਰ ਮੈਨੂੰ ਪੁੱਤੇਰਾ ਵੱਡਾ ਖਤਰਾ ਸੀਗਾ ਗੁਰੂ ਕੇ ਜਡਿਆਲੇ ਦਾ। ਉੱਥੇ ਸਿੱਖੀ ਬਹੁਤ ਸੀ, ਬੇਸ਼ੁਮਾਰ ਸਿੱਖੀ, ਇਹ ਸਾਨੂੰ ਲੰਘਣ ਦਿੰਦੇ, ਇਹ ਨੁਕਸਾਨ ਕਰਨਗੇ। ਉਹਨਾਂ ਸਾਨੂੰ ਇਸ ਤੱਕ ਅੱਜ ਘੁੰਮੇ ਮਾਣ ਨਵਾਜ਼ੀ ਕੀਤੀ ਵੀ ਜਿੱਦਾਂ ਨਹੀਂ ਕਰੀ ਕਰ ਹੀ ਨਿਕਾਲ ਲਾ, ਪਾਣੀ ਦੀਆਂ ਸ਼ਬੀਲਾਂ ਲਾਈਆਂ ਆ ਸਿੱਖਾਂ ਨੇ ਅਤੇ ਉੱਥੇ ਬਰਫ਼ਾਂ ਦੇ ਬੁਲਾ ਕੇ ਰੱਖੇ ਹੋਏ ਆ ਅਤੇ ਪੀਓ ਬੜਾ ਦਿਨ ਅੱਜ ਕੇ ਪੀਓ। ਅਸੀਂ ਕਿਹਾ ਯਾਰ ਇਹਦੇ ਵਿੱਚ ਜ਼ਹਿਰ ਪਾਈ, ਉਹਨੇ ਕਿਹਾ ਅਸੀਂ ਪਹਿਲਾਂ ਪੀ ਲੈਂਦੇ ਹਾਂ। ਲਾਚਾਂ ਛੱਡੀ ਆਇਆ ਤਾਂ ਮਾਰਦਾ, ਡੁੱਲਿਆ ਸੀ ਖੂਨ ਜਿੱਥੇ ਮੇਰੇ ਪਰਿਵਾਰ ਦਾ, ਅੱਖੀ ਵੇਖ ਲਾਸ਼ਾਂ ਛੱਡੀ ਆਇਆ ਤਾਂ ਮਾਰਦਾ, ਅੱਜ ਵੀ ਉਹ ਰੋਂਦੀ ਰੂਹ ਨੂੰ ਥੋੜਾ ਤਬਰਾ ਦੇ ਮੋਟਾ ਸਿੰਘ ਦਾ। ਹਾਂਜੀ, ਉਹ ਮੇਰੇ ਪਿਓ ਦਾ ਯਾਰ ਸੀਗਾ, ਮੈਨੂੰ ਤੂੰ ਭਤੀਜਾ ਸਮਝ ਲਿਆ, ਜਦੋਂ ਅਸੀਂ ਉਜੜ ਕੇ ਆਏ ਆ ਕਿ ਮੈਨੂੰ ਘਰੋਂ ਕੱਢਣ ਆਇਆ ਉਹ, ਬਈ ਫੋਟ ਇੱਥੇ ਨਹੀਂ ਲੈਣਾ, ਪੈਸੇ ਜਿੰਨੇ ਮਰਜ਼ੀ ਲੈ, ਚਰਨਦਾਸ ਖੱਤਰੀ ਸ਼ਹਿਰ ਦਾ ਪ੍ਰੈਜੀਡੈਂਟ ਸੀ, ਇੱਕ ਉਹ, ਇੱਕ ਡਾਕਟਰ ਪਾਲ, ਇੱਕ ਡਾਕਟਰ ਲਾਲ ਚੰਦ, ਇੱਕ ਪ੍ਰਭ ਰਿਆਜ ਸਿੱਖ, ਇਹ ਬੰਦੇ ਆਏ ਆ ਜਿਹਨਾਂ ਨੇ ਮੈਨੂੰ ਆਣ ਕੇ ਕਿਹਾ ਵੀ ਸਾਡਾ ਤੂੰ ਯਾਰ ਆ ਤੇ ਇੱਥੇ ਨਹੀਂ ਰਹਿਣਾ, ਇੱਥੇ ਹਾਲਾਤ ਨਹੀਂ ਠੀਕ। ਸੁਲਤਾਨਪੁਰ ਲੋਧੀ ਦਾ ਆਪਣੇ ਬੜੇ ਬੜੇ ਯਾਰ ਸੀ, ਉੱਥੇ ਦਰਸ਼ਨ ਦਾ ਯਾਰ ਸੀਗਾ, ਪ੍ਰੇਮ ਚੰਦ ਦਾ ਯਾਰ ਸੀਗਾ, ਗਿਆਨ ਚੰਦ ਯਾਰ ਸੀ। ਦੇਖੋ ਨਾ ਕੋਈ ਕੋਈ ਖੈਰ ਹੈ, ਸਿੱਖ ਤਾਂ ਮੇਰਾ ਇੱਕ ਹੈ, ਆਹ ਜਿਹੜਾ ਸਭ ਤੋਂ ਵੱਡਾ ਸਾਰ ਮੇਰੇ ਤੇ ਕੀਤਾ ਹੈ ਸਿੱਖ ਨੇ, ਮੈਂ ਉਹ ਦੇ ਨਹੀਂ ਸਕਦਾ। ਮੇਰੇ ਫੋੜਾ ਸੀਗਾ ਉਹ ਮਿਰਚੀ ਦੇ ਵਿੱਚ ਭਰਤੀ ਹੋਇਆ ਸੀ, ਆਹ ਫੋੜਾ ਤੇ ਅਜੇ ਨਹੀਂ ਯਾਰ, ਉਹ ਜਦੋਂ ਛੁੱਟੀ ਆਇਆ ਦੋ ਸਾਲਾਂ ਬਾਅਦ ਤਾਂ ਮੈਂ ਮੰਜੇ ਦੇ ਪਿਆ ਬਿਮਾਰ, ਉਸ ਬੰਦੇ ਨੇ ਮੇਰਾ ਇਲਾਜ ਕਰਵਾਇਆ। ਉਹਦਾ ਕੀ ਨਾਂ? ਉਹਦਾ ਕਰਤਾਰ ਸਿੰਘ। ਕਿੱਥੋਂ ਦਾ? ਸਾਡੇ ਪਿੰਡ ਦਾ ਸੀ।
ਤੁਹਾਡੇ ਪਿੰਡ ਦੇ ਡੇਰਾ ਸਜਦਾ ਦਾ ਡੇਰਾ ਸਜਦਾ ਦਾ ਠੀਕ ਹੈ ਅਸਲਾਮੁਅਲੈਕੁਮ ਮੈਂ ਨਾਸਰ ਢਿੱਲੋਂ ਪੰਜਾਬੀ ਲਹਿਰ ਦੀ ਟੀਮ ਅੱਜ ਪਹੁੰਚੀ ਆ 247 ਰੇਬੇ ਮਿਆਣੀ ਫੈਸਲਾਬਾਦ ਦੇ ਵਿੱਚ 1947 ਦੀ ਵੰਡ ਦੀਆਂ ਕਹਾਣੀਆਂ ਉਹ ਸਟੋਰੀਆਂ ਇਕੱਠੇ ਕਰਦਿਆਂ ਕਰਦਿਆਂ ਅੱਜ ਅਸੀਂ ਮਿਆਣੀ ਪਹੁੰਚੇ ਹਾਂ 247 ਦੇ ਵਿੱਚ ਅਤੇ ਬਜ਼ੁਰਗਾਂ ਦੇ ਨਾਲ ਗੱਲਬਾਤ ਕਰੀ ਦੀ ਆ ਅਤੇ ਉਹਨਾਂ ਦੀ ਹੱਡ ਬੀਤੀ ਉਹਨਾਂ ਦੀ ਆਪ ਬੀਤੀ ਤੁਹਾਡੇ ਤੱਕ ਰੱਖੀ ਹੈ ਇਸੇ ਤਰ੍ਹਾਂ ਦੇ ਇੱਕ ਬਜ਼ੁਰਗ ਜਿਨ੍ਹਾਂ ਨੇ 1947 ਦੀ ਵੰਡ ਆਪਣੇ ਪਿੰਡੇ ਹੰਢਾਈ ਉਹ ਸਾਰਾ ਕੁਝ ਸੁਣਦੇ ਹਾਂ ਉਹ ਗੱਲਾਂ ਬਾਤਾਂ ਉਹਨਾਂ ਦੀ ਕਹਾਣੀ ਉਹਨਾਂ ਦੀ ਹੱਡ ਬੀਤੀ ਉਹਨਾਂ ਦੀ ਆਪ ਬੀਤੀ ਉਹਨਾਂ ਦੀ ਜ਼ੁਬਾਨੀ ਅਤੇ ਗੱਲਬਾਤ ਕਰਦੇ ਹਾਂ ਬਜ਼ੁਰਗਾਂ ਨਾਲ ਅਸਲਾਮ ਵਾਲੇਕੁਮ ਬਾਬਾ ਜੀ ਕੀ ਹਾਲ ਚਾਲ ਠੀਕ ਠਾਕ ਹੋ ਨਾਂ ਕੀ ਤੁਹਾਡਾ ਹਾਂਜੀ ਉਮਰਦੀਨ ਅਤੇ ਅੱਬਾ ਜੀ ਦਾ ਰਹਿਮਤ ਅਲੀ ਕਿੰਨੀ ਕੁ ਹੋਣੀ ਹੈ ਉਮਰ ਤੁਹਾਡੀ ਹੁਣ 101 ਸਾਲ ਉਮਰ ਦੇ ਵਾਹਵਾ ਮਾਸ਼ਾਅੱਲਾ ਤੇ ਸਿਹਤ ਹਾਲੇ ਠੀਕ ਹੈ ਮਾਸ਼ਾਅੱਲਾ ਅੱਲਾ ਨੇ ਰੱਖੀ ਹੋਈ ਹੈ ਸਿਹਤ ਠੀਕ ਹੈ ਮਾਸ਼ਾਅੱਲਾ ਤੁਹਾਡੀ ਤੇ ਕਿੰਨੀ ਸੀ ਉਮਰ ਇਹਦਾ ਮਤਲਬ ਜਦੋਂ ਉਜਾੜੇ ਪਏ ਤੁਹਾਡੀ ਕੋਈ 30 ਸਾਲ ਸੀ 28 ਸਾਲ ਵਿਆਹ ਹੋਇਆ ਸੀ ਹਾਂਜੀ ਵਿਆਹ ਹੋਇਆ ਸੀ ਉੱਥੇ ਵਿਆਹ ਹੋਇਆ ਸੀ ਵਿਆਹ ਕਿੱਥੇ ਲੱਗ ਗਿਆ ਇਹ ਪਿੰਡ 'ਚ ਪਿੰਡ 'ਚ ਹੀ ਅੱਛਾ ਲੱਗ ਗਏ ਫਿਰ ਤੇ ਸਹੁਰੇ ਵੀ ਲੱਗ ਗਏ ਆਉਣ ਜਾਣ ਵੀ ਸੌਖਾ ਠੀਕ ਹੈ ਤੇ ਆਪਾਂ ਪੜ੍ਹੇ ਪੁੜੇ ਉੱਧਰ ਜਾਂ ਖੇਤ ਵਾਹੀ ਵੂਹੀ ਦਾ ਹੀ ਪੜ੍ਹਿਆ ਨਹੀਂ ਗਾ ਹਾਂਜੀ ਮੈਂ ਕੰਮ ਕਰਦਾ ਰਿਹਾ ਮੈਂ ਖੱਤਰੀਆਂ ਨਾਲ ਅੱਛਾ ਜੀ ਮੇਰਾ ਦੋਸਤਾਨਾ ਦੀ ਖੱਤਰੀਆਂ ਨਾਲ ਬਨਾਰਸੀ ਨਾਲ ਗਿਆਨ ਨਾਲ ਕਿਹੜਾ ਪਿੰਡ ਕਿਹੜਾ ਸੀ ਆਪਣਾ ਡੇਰਾ ਸਜਦਾ ਸੁਲਤਾਨਪੁਰ ਲੋਧੀ ਡੇਰਾ ਸਜਦਾ ਸੁਲਤਾਨਪੁਰ ਲੋਧੀ ਨੰਬਰਦਾਰ ਮਹਿਮੂਦ ਹਸਨ ਖੈਰ ਅਲੀ ਸ਼ਾਹ ਹਾਂਜੀ ਉੱਥੇ ਦੇ ਤੁਹਾਡੇ ਪਿੰਡ ਦੇ ਸਾਰਾ ਮੁਸਲਮਾਨਾਂ ਦਾ ਪਿੰਡ ਸਿੱਧਾਂ ਦਾ ਪਿੰਡ ਸੀ ਮੁਸਲਮਾਨਾਂ ਦੇ ਦੋ ਘਰ ਸਿੱਖਾਂ ਦੇ ਸੀ ਕਿਹੜਾ ਕਿਹੜਾ ਭੋਲਾ ਭੋਲੇ ਦੇ ਪੁੱਤ ਸੀਗੇ ਹਰੀ ਚੰਦ ਹਾਂਜੀ ਸੰਤਾ ਸਿੰਘ ਹਾਂਜੀ ਮੁਨਸ਼ਾ ਸਿੰਘ ਹਾਂਜੀ ਤੇ ਇੱਕ ਦੇ ਪਿਓ ਦਾ ਮੈਨੂੰ ਨਾਂ ਯਾਦ ਅਮਰ ਸਿੰਘ ਸਮਝਦੇ ਕਿ ਦੋ ਘਰ ਸੀਗੇ ਹਿੰਦੂਆਂ ਦੇ ਹਿੰਦੂਆਂ ਦਾ ਕੋਈ ਘਰ ਨਹੀਂ ਸੀ ਆਉਂਦੇ ਹੋ ਨਾ ਬਨਾਰਸੀ ਹੋਣੀ ਬੇਲੀ ਸੀ ਜਿਹੜੇ ਉਹ ਕਿੱਥੋਂ ਦੇ ਘਰਾਂ ਨੇ ਝੂਠ ਕਿਉਂ ਮਾਰਦੇ ਨਹੀਂ ਨਹੀਂ ਜਿਹੜੇ ਆਖਣ ਦੇ ਸੋ ਵੀ ਮੇਰੇ ਬੇਲੀ ਸਨ ਬਨਾਰਸੀ ਹੋਣੀ ਉਹ ਸ਼ਹਿਰ ਸੀਗਾ ਨਾਲ ਬਸਤੀ ਸੀਗੀ ਸ਼ਹਿਰ ਅੱਛਾ 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 ਪਿੰਡ ਦੀ ਬਸਤੀ ਸੀਗੀ ਜਿਸ ਦਾ ਸ਼ਹਿਰ ਦੇ ਨਾਲ ਸੰਗਾਬਾਦ ਹੋਵੇ ਹਾਂ ਤੇ ਕਿ ਆਪਣਾ ਪਿੰਡ ਦਾ ਨੰਬਰਦਾਰ ਕੌਣ ਸੀ ਮਹਿਮੂਦ ਹਸਨ ਇੱਕ ਸੀ ਨੰਬਰਦਾਰ ਦੋ ਖੈਰ ਅਲੀ ਸ਼ਾਹ ਖੈਰ ਅਲੀ ਸ਼ਾਹ ਮਹਿਮੂਦ ਹਸਨ ਤੇ ਸਈਦ ਸਨ ਸਾਰੇ ਹੈ ਸਈਦ ਸੀ ਬਰਾਦਰੀ ਦੇ ਸਈਦ ਤੇ ਤੁਹਾਡੀ ਸਜਦਾ ਕਦੇ ਸੁਣਾਉਂਦਾ ਸੀ ਹਾਂ ਤੇ ਤੁਹਾਡੀ ਗੋਤ ਕਿਹੜੀ ਕਿਹੜੀ ਕੀ ਆ ਕੰਬੋ ਤੁਸੀਂ ਕੰਬੋਵਾਂ ਦੇ ਕਿੰਨੇ ਘਰ ਸੀ ਗੋਤ ਸਾਰਾ ਪਿੰਡ ਕੰਬੋਵਾਂ ਦਾ ਸੀ ਨਾਲੇ ਕਹਿੰਦੇ ਵੀ ਸਜਦਾ ਦੇ ਘਰ ਸੀ ਸਜਦਾ ਦੇ ਸੀਗੇ ਦੋ ਤਿੰਨ ਘਰ ਅੱਛਾ 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 ਬਾਕੀ ਸਾਰਾ ਪਿੰਡ ਕੰਬੋਵਾਂ ਦਾ ਸੀ ਬਾਕੀ ਕੰਬੋਵਾਂ ਦਾ ਸਾਰਾ ਆ ਤੇ 13 ਘਰ ਸੀਗੇ ਰਾਈਆਂ ਦੇ ਹਾਂਜੀ ਇੱਕ ਘਰ ਸੀਗਾ ਡੋਗਰਾਂ ਦਾ ਦੋ ਘਰ ਡੋਗਰਾਂ ਦੇ ਸੀਗੇ ਹਾਂਜੀ 13 ਘਰ ਰਾਈਆਂ ਦੇ ਸੀ 13 ਘਰ ਚੂੜਿਆਂ ਦੇ ਸੀ ਦੋ 12 ਘਰ ਸੀਗੇ ਸਜਦਾ ਦੇ ਹਾਂਜੀ ਅੱਛਾ ਇਹ ਜਿਹੜੇ ਤੁਸੀਂ ਦੱਸਿਆ ਗਣਾਏ ਆ ਰਾਈ ਇੱਧਰ ਕਿੱਥੇ ਆ ਕੇ ਬੈਠੇ ਆ ਰਾਈ ਦਾ ਪਤਾ ਨਹੀਂ ਕਿੱਥੇ ਕਿੱਥੇ ਬੈਠੇ ਕੋ ਮੈਂ ਹੁਣ ਕੀ ਕਹਿ ਸਕਦਾ ਤੇ ਸਈਦ ਹੈ ਜਿਹੜੇ ਸਈਦ ਸਨ ਸਈਦ ਕਮਾਲੀਏ ਕਮਾਲੀਏ ਸਾਰੇ ਠੀਕ ਹੈ ਕੋਈ ਕਮਾਲੀਏ ਆ ਕੁਛ ਹੈਗੇ ਆ ਸਲੂਣੀ ਝਾਲ ਤੇ ਆ ਆਪਣਾ ਸਮੁੰਦਰੀ ਦੇ ਕੋਲ ਆ ਛੱਤੀ ਛੋਟੀ ਹੈਗੀ ਬਾਗ ਵਾਲੀ ਹਾਂਜੀ ਉਹਦੇ ਵਿੱਚ ਅੱਛਾ ਤੇ ਉਹ ਜਿਹੜੇ ਡੋਗਰਾਂ ਦਾ ਘਰ ਸੀ ਡੋਗਰਾ ਕਮਾਲੀਏ ਉਹ ਵੀ ਕਮਾਲੀਏ ਇਹ ਦਾ ਮਤਲਬ ਤੁਹਾਡਾ ਪਿੰਡ ਬਹੁਤਾ ਕਮਾਲੀਏ ਆ ਫਿਰ ਨਹੀਂ ਹਾਂਜੀ ਇੱਕ ਦੋ ਘਰ ਹੀ ਹੈਗੇ ਕਮਾਲੀਏ ਸਾਡਾ ਪਿੰਡ ਸਾਰਾ ਜਿਹੜਾ ਨਾ ਉਹ ਹੈਗਾ ਆ ਕੰਗਾ ਵੱਡੀਆਂ ਕਿ ਛੋਟੀਆਂ ਵੱਡੀਆਂ ਕੰਗਾ ਵੱਡੀਆਂ ਕੰਗਾ ਤੇ ਜਾਂ ਹੈਗਾ ਸਰਲੀਆਂ ਤੇ ਡਗੋਰਾ ਸਰਲੀਆਂ ਡਗੋਰਾ ਤੇ ਜਾਂ ਹੈਗਾ ਕਾੜਾ ਛੋਰਾ ਕੋਠੀ ਸੇਠ ਕਾਨੂੰਨੀ ਹਾਂਜੀ ਜਾਂ ਹੈਗਾ ਆਰਫ ਵਾਲਾ ਤੁਹਾਡੇ ਘਰ ਜ਼ਿਆਦਾ ਸੀ ਫਿਰ ਦੀਨਾ ਨਾਥ ਇਹ ਸਾਡੇ ਪਿੰਡ ਹੈਗੇ ਆ ਜਿਹੜੇ ਕਿ ਸਾਡੇ ਤੇ ਨਹੀਂ ਫਿਰ ਤੁਹਾਡੇ ਕੰਬੂਆਂ ਦੇ ਘਰ ਵਾਵਾ ਸਨ ਪਿੰਡ ਦੇ ਵਿੱਚ ਸਾਰਾ ਸ਼ਹਿਰ ਹੀ ਕੰਬੂਆਂ ਦਾ ਸੀ ਅੱਛਾ
ਸੁਲਤਾਨਪੁਰ ਲੋਧੀ ਸਾਰਾ ਸ਼ਹਿਰ ਕਬੋਆਂ ਦਾ ਸੀ, ਸਿੱਖਾਂ ਦੇ ਘਰ ਥੋੜੇ ਸੀ ਉਹ ਵੀ ਛੀਬਿਆਂ ਦੇ ਸੀ, ਆਹ ਜਿਹੜੇ ਅਮਰੇ ਠੇਕਣ ਵਾਲੇ ਆ ਤੇ ਸਿੱਖਾਂ ਦੇ ਘਰ ਸੀ, ਰਾਮ ਸਿੰਘ ਦਾ ਘਰ ਸੀ ਇੱਕ ਤੇ ਉਹਦਾ ਪੁੱਤ ਘੁੱਗੀ ਸੀਗਾ ਭਲਵਾਨ, ਘੁੱਗੀ ਭਲਵਾਨ ਕਬੱਡੀ ਖੇਡਦਾ ਮੋਟਾ ਸਿੰਘ ਦਾ, ਉਹ ਮੇਰੇ ਪਿਓ ਦਾ ਯਾਰ ਸੀਗਾ, ਮੈਨੂੰ ਤੂੰ ਭਤੀਜਾ ਸਮਝਦਾ, ਜਦੋਂ ਅਸੀਂ ਉਜੜ ਕੇ ਆਏ ਆ ਤੇ ਮੈਨੂੰ ਘਰੋਂ ਕੱਢਣ ਆਇਆ ਉਹ, ਬਈ ਪੁੱਤ ਇੱਥੇ ਨੀ ਰਹਿਣਾ, ਪੈਸੇ ਜਿੰਨੇ ਮਰਜ਼ੀ ਲੈ, ਚਰਨਦਾਸ ਖੱਤਰੀ ਸ਼ਹਿਰ ਦਾ ਪ੍ਰੈਜ਼ੀਡੈਂਟ ਸੀ, ਇੱਕ ਉਹ, ਇੱਕ ਡਾਕਟਰ ਪਾਲ, ਇੱਕ ਡਾਕਟਰ ਲਾਲ ਚੰਦ, ਇੱਕ ਪ੍ਰਭਜਾਤ ਸਿੱਖ, ਇਹ ਬੰਦੇ ਆਏ ਆ ਜਿਹਨਾਂ ਨੇ ਮੈਨੂੰ ਆਣ ਕੇ ਕਿਹਾ ਵੀ ਸਾਡਾ ਤੂੰ ਯਾਰ ਆ ਤੇ ਇੱਥੇ ਨੀ ਰਹਿਣਾ, ਇੱਥੇ ਹਾਲਾਤ ਨੀ ਠੀਕ, ਨਹੀਂ ਰਹਿਣਾ ਨੀ ਇੱਥੇ, ਤੈਨੂੰ ਕੋਈ ਸੋਨੇ ਦਾ ਬਣ ਕੇ ਵੀ ਦਿਖਾਈ ਦੇਵੇ, ਪੰਡਾਂ ਦੀਆਂ ਪੰਡਾਂ ਦੌਲਤੀਆਂ ਦੇਵੇ, ਇੱਥੇ ਨੀ ਰਹਿਣਾ, ਇਹਨਾਂ ਨੇ ਕੱਲ੍ਹ ਨੂੰ ਮਾਰ ਸਿੰਘ ਕਿਰਾਇਆ ਕਰਾ ਕੇ ਦੂਜੇ ਦਿਨ ਮਾਰ ਦੇਣਗੇ, ਜਿੱਥੇ ਤੇਰੀ ਬਰਾਦਰੀ ਆ ਗਈ ਉੱਥੇ ਚਲੇ ਜਾਣੀ, ਅਸੀਂ ਆਪਣੀ ਬਰਾਦਰੀ ਨਾਲ ਸ਼ਾਮ ਨੂੰ ਸਾਨੂੰ ਸੱਦਿਆ ਵਾ ਉੱਥੇ ਮਹਾਰਾਜ ਦੀ ਕੋਠੀ, ਮਹਾਰਾਜ ਕਪੂਰਥਲੇ ਦੀ ਕੋਠੀ ਉੱਥੇ ਸੀਗੀ ਸਾਡੇ ਕੋਲ, ਜਿੱਥੇ ਸਾਡੀਆਂ ਜ਼ਮੀਨਾਂ ਸੀ ਉੱਥੇ ਕੋਠੀ ਸੀ, ਉੱਥੇ ਸਾਨੂੰ ਸੱਦਿਆ ਵੀ ਅਮਨ ਕਮੇਟੀ ਕਰਨੀ ਹੈ ਸਾਰੇ ਸ਼ਹਿਰ ਦੀ, ਮੁਸਲਮਾਨਾਂ ਦੀ, ਸਿੱਖਾਂ ਦੀ, ਜੋ ਵੀ ਕੌਮ ਹੈਗੀ ਹੈ ਵੀ ਅਮਨ ਕਰੋ, ਆਪਣਾ ਮਾਰਨ ਨਾਲ ਕੋਈ ਦਖਲ ਨਹੀਂ। ਅਸੀਂ ਉੱਥੋਂ ਵਾਪਸ ਆਏ ਹਾਂ ਤੇ ਟਿੱਕੇ ਨੇ ਫੌਜ ਮੰਗਾ ਲਈ ਮਹਾਰਾਜ ਦੇ ਪੁੱਤਰ ਨੇ, ਉਹ ਪਟਿਆਲੇ ਵਿਆਹ ਸੀ, ਉੱਥੋਂ ਫੌਜ ਮੰਗਾ ਲਈ ਤੇ 3 ਵਜੇ ਦਿਨ ਦੇ ਗੋਲੀ ਚੱਲਣ ਲੱਗ ਪਈ ਹੈ, ਬੰਦੇ ਮਰਨ ਲੱਗ ਪਾਇਆ, ਉਹ ਨਸ ਨਸ ਕੇ ਸਾਰੀ ਦੁਨੀਆਂ ਸਾਡੇ ਚੱਕ ਚ ਆਉਂਦੀ ਗਈ, 12 ਕੁ ਲੱਖ ਬੰਦਾ ਹੋਣਾ, ਉਹ ਫਿਰ ਰਾਤ ਦੇ 10 ਵਜੇ ਅਸੀਂ ਚੜ੍ਹਦੇ ਪਾਸੇ ਕਬਰਸਤਾਨ ਸੀਗਾ, ਜੰਗਲ ਸੀਗਾ, ਬੇਬਾਦ ਜ਼ਮੀਨਾਂ ਪਈਆਂ, ਉੱਥੇ ਚਲੇ ਗਏ। ਨਹੀਂ ਮੈਂ ਗੱਲ ਕੱਢਦਾ ਤੁਹਾਡੀ, ਪਹਿਲਾਂ ਅਮਨ ਕਮੇਟੀ ਜਦੋਂ ਬਣ ਗਈ ਤੇ ਫਿਰ ਕਿਉਂ ਲੜਾਈ ਸ਼ੁਰੂ ਹੋ ਗਈ? ਲੜਾਈ ਸ਼ੁਰੂ ਇਸ ਵਾਸਤੇ ਵੀ ਉਹ ਜਿਹੜਾ ਸੀ ਨਾ ਬੰਦਾ, ਉਹ ਗੁਸਤਾਖ ਸੀ ਮਹਾਰਾਜ ਦਾ ਪੁੱਤ, ਉਹਨੇ ਫੌਜ ਮੰਗਾ ਕੇ ਤੇ ਮਾਰਨਾ ਸ਼ੁਰੂ ਕਰਤਾ, ਨਾ ਸਾਨੂੰ ਸਿੱਖਾਂ ਮਾਰਿਆ, ਸਿੱਖ ਉਹ ਸਾਨੂੰ ਮਾਰਦੇ ਸੀ ਕਿ ਜਿਹੜੇ ਚੂੜਿਆਂ ਤੋਂ ਸਿੱਖ ਬਣੇ ਸੈਣੀ, ਸਿੱਖਾਂ ਸਾਨੂੰ ਨਹੀਂ ਮਾਰਿਆ, ਨਾ ਕਿਸੇ ਖੱਤਰੀ ਨੇ ਮਾਰਿਆ, ਬਾਹਮਣ ਮੇਰੇ ਯਾਰ ਸੀਗੇ, ਸ਼ਿਵ ਮੁੰਡਾ ਯਾਰ ਸੀਗਾ ਮੇਰਾ, ਇੱਥੇ ਵੀ ਆਉਂਦਾ ਰਿਹਾ ਮੈਨੂੰ ਮਿਲਣ, ਸ਼ਿਵ ਸ਼ਿਵ ਉਹਦਾ ਪਿਓ ਅੰਸਾ ਸੀਗਾ, ਕਿਹੜੇ ਪਿੰਡ ਦਾ? ਸੁਲਤਾਨਪੁਰ ਦਾ, ਸੁਲਤਾਨਪੁਰ ਲੋਧੀ ਦਾ, ਆਪਣੇ ਬੜੇ ਬੜੇ ਯਾਰ ਸੀ ਉੱਥੇ, ਦਰਸ਼ਨ ਲਾਲ ਯਾਰ ਸੀਗਾ, ਪ੍ਰੇਮ ਚੰਦ ਦਾਲ ਸੀ ਯਾਰ ਸੀਗਾ, ਗਿਆਨ ਚੰਦ ਯਾਰ ਸੀ। ਸ਼ਿਵ ਕਿੰਨੀ ਦੇਰ ਮਿਲਣ ਆਉਂਦਾ ਰਿਹਾ ਇੱਥੇ? ਹੈਂ ਕਦੋਂ ਆਇਆ ਮਿਲਣ? ਤਾਂ 2 ਵਾਰੀ ਆਇਆ, 3 ਵਾਰੀ ਨਹੀਂ ਆਇਆ, ਉਹਨੇ ਕਿਹਾ ਜੇ ਤੂੰ ਆਵੇਂ ਤੇ ਮੈਂ ਆਉਣਾ ਮਿਲਣ, ਸਨ 1948 ਦੇ ਵਿੱਚ ਮੇਰੇ ਕੋਲ ਆਏ ਹੋ, ਮੈਂ ਕਿਹਾ ਯਾਰ ਮੈਂ ਨਿਪੜ ਬੰਦਾ ਹੈਗਾ ਨੇ, ਕਈ ਉਹਨੇ ਬੁਲਾਵਾ ਲੱਗ ਗਿਆ ਅੰਦਰ ਦੇ ਦੇਣਗੇ, ਮੈਂ ਨਹੀਂ ਕਹਿੰਦਾ ਕਿਹਾ ਖਰਚਾ ਵੀ ਭੇਜਾਂਗਾ, ਹਰ ਚੀਜ਼ ਭੇਜਾਂਗਾ, ਤੇਰਾ ਪਾਸਪੋਰਟ ਵੀ ਭੇਜਾਂਗਾ, ਤੈਨੂੰ ਮੈਂ ਬਾਰਡਰ ਤੋੜ ਕੇ ਲੈ ਵੀ ਜਾਵਾਂਗਾ, ਮੇਰਾ ਦਿਲ ਵੀ ਮੰਨ। ਉਸ ਤੋਂ ਬਾਅਦ ਕੋਈ ਰਾਬਤਾ ਨਹੀਂ ਖਤ ਖੁਦ ਦੇ ਰਹੇ? ਉਹਨੇ ਮੇਰੇ ਨਾਲ ਵਾਅਦਾ ਕਰ ਲਿਆ ਸੀ, ਤਿੰਨ ਉਹਦੇ ਯਾਰ ਸੀਗੇ, ਇੱਕ ਕੰਗਾ ਦੇ ਵਿੱਚ ਸੀਗਾ, ਇੱਕ ਮੈਂ ਸੀ, ਇੱਕ ਸੀਗਾ ਇੱਥੇ ਅਸਮਨਾਬਾਦ ਦੇ ਵਿੱਚ, ਤਿੰਨਾਂ ਨੂੰ ਮਿਲਣ ਆਉਂਦਾ, ਤਿੰਨਾਂ ਨਾਲ ਉਹਦਾ ਕਲਕ ਸੀਗਾ ਸਾਡਾ, ਮੇਰੇ ਕੋਲ ਦਿਹਾੜੀ ਦਿਹਾੜੀ ਰਹਿੰਦਾ ਰਿਹਾ, 2 ਦਿਨ ਇੱਥੇ ਰਹਿੰਦਾ ਰਿਹਾ, ਬੰਦੇ ਪੁੱਛਦੇ ਰਹੇ ਯਾਰ ਤੂੰ ਇਹ ਤੇਰਾ ਬੰਦਾ ਕਿੱਦਾਂ ਵਾਕਵ, ਉਹ ਕਹਿਣ ਗਏ ਮੇਰਾ ਤਾਂ ਭਰਾ ਹੈਗਾ ਵਾ, ਮੇਰੀ ਮਾਂ ਕਹਿੰਦੀ ਸੀਗੀ ਵੀ ਇਹਨਾਂ ਦੇ ਟੁੱਕ ਟੌਂਕੇ ਭਿੱਟ ਦਿੰਦਾ, ਤੇ ਮੈਂ ਕਹਿੰਦਾ ਹੁੰਦਾ ਸੀਗਾ ਵੀ ਗਾਂ ਦੀ ਪਿਸ਼ਾਬ ਨਾਲ ਚਲੀਏ ਮਾੜਾ, ਹੈਂ ਇੱਦਾਂ ਦੇ ਵੀ ਯਾਰ ਸੀਗੇ, ਤੇ ਬਾਕੀ ਅੱਲਾ ਦੀ ਖੈਰ ਰਹੀ ਆ, ਅਸੀਂ ਮਗਰ ਮੇਰੇ ਘਰੋਂ ਉਜੜੇ ਆ, ਕਬਰਸਤਾਨ ਚਲੇ ਗਏ ਆ, ਰਾਤ ਦੇ 11 ਵਜੇ ਜੀ ਉੱਥੇ ਬੈਠੇ ਰਹੇ, ਉੱਥੋਂ ਤੁਰ ਪਏ ਆ, ਪਹਿਲਾ ਪਿੰਡ ਆ ਗਿਆ ਸਿੱਖਾਂ ਦਾ, ਆਪਣਾ ਮੁੜਕ ਵਾਲਾ, ਅੱਗੇ ਆ ਗਿਆ ਹੈਬਤਪੁਰ, ਅੱਗੇ ਆ ਗਈਆਂ ਕੁੱਲੀਆਂ, ਅੱਗੇ ਮੁਸਲਮਾਨਾਂ ਦਾ ਪਿੰਡ ਆ ਗਿਆ ਖਦਾਬਸ਼ ਵਾਲਾ, ਅੱਗੇ ਮੀਰੇ ਬਢੇਲ ਆ ਗਿਆ,
ਸਵੇਰੇ ਬਾ ਸੂਰਜ ਨਿਕਲੇ ਅਸੀਂ ਉੱਥੇ ਪਹੁੰਚੇ ਮੀਰੇ ਵਡੇਲ ਮੀਰੇ ਵਡੇਲ ਹਾਂ ਕਿਹੜੇ ਜ਼ਿਲ੍ਹੇ 'ਚ ਪੈਂਦਾ ਮੀਰੇ ਵਡੇਲ ਉਹ ਬਾਈ ਦੇ ਕਿਨਾਰੇ ਦੇ ਪਿੰਡ ਸੀ ਮੁਸਲਮਾਨ ਦਾ ਅੱਛਾ ਜੀ ਉੱਥੋਂ ਅਸੀਂ ਚਲੇ ਗਏ ਸਵਾਲ ਨਿਜ਼ਾਮਦੀਨ ਕਪਤਾਨ ਕੋਲ ਹਾਂਜੀ ਉਹਦੇ ਕੋਲ ਗਏ ਹਾਂ ਤੇ ਉਹ ਕਹਿਣ ਲੱਗਾ ਵੀ ਮੈਨੂੰ ਹੁਕਮ ਆ ਗਿਆ ਵਾ ਸਰਕਾਰੀ ਤੌਰ 'ਤੇ ਵੀ ਆਪਣਾ ਪਿੰਡ ਖਾਲੀ ਕਰ ਦੇ ਹਾਂਜੀ ਉਹ ਵੀ ਸਾਡੇ ਨਾਲ ਰਲ ਪਿਆ ਸ਼ਾਲਾਪੁਰ ਵੀ ਸਾਡੇ ਨਾਲ ਰਲ ਪਿਆ ਮਜੀਦਪੁਰ ਵੀ ਸਾਡੇ ਨਾਲ ਰਲ ਪਿਆ ਤਲਵੰਡੀ ਚੌਰੀ ਵਾਲੀ ਵੀ ਸਾਡੇ ਨਾਲ ਰਲ ਪਈ ਫਿਰ ਚਲੇ ਗਏ ਅਸੀਂ ਫੱਤੂ ਟੀਕੇ ਇੱਕ ਰਾਤ ਫੱਤੂ ਟੀਕੇ ਰਹੇ ਹਾਂ ਹਾਂਜੀ ਦੂਜੀ ਰਾਤ ਅਸੀਂ ਲੱਤੜੀ ਚਲੇ ਗਏ ਹਾਂ ਲੱਤੜੀ ਲੱਤੜੇ ਸ਼ਹੀਦਾਂ ਦੇ ਪਿੰਡ ਸੀ ਲੱਤੜਾ ਅੱਠ ਦਿਨ ਅਸੀਂ ਉੱਥੇ ਰਹੇ ਹਾਂਜੀ ਅੱਠਾਂ ਦਿਨਾਂ ਤੋਂ ਬਾਅਦ ਅਸੀਂ ਚਲੇ ਗਏ ਗਡਾਣੇ ਹਾਂਜੀ ਪੱਕੀ ਸੜਕ ਦੇ ਉੱਤੇ ਆਹ ਗੱਡੀ ਰਹਿਣ ਜਾਂਦੀ ਹੈ ਸੜਕ ਆ ਗਈ ਉੱਥੇ ਰਹੇ ਅਸੀਂ ਇੱਕ ਮਹੀਨਾ ਬਹੁਤ ਬਾਰਿਸ਼ਾਂ ਪਈਆਂ ਬਹੁਤ ਤਕਲੀਫਾਂ ਕੱਟੀਆਂ ਔਰ ਸਾਡਾ ਤਾਂ ਅੱਲਾ ਜ਼ਰੀਆ ਬਣਾ ਦਿੱਤਾ ਵੀ ਉੱਥੋਂ ਬੰਦੇ ਕੋਲੋਂ ਗਰੇੜੀ ਵਾਲੇ ਕੋਲੋਂ 14 ਰੁਪਈਆਂ ਦੀ ਕਣਕ ਦੀ ਬੋਰੀ ਲੈ ਲਈ ਅਤੇ ਸਵੇਰੇ ਸ਼ੇਰ ਕਿਦਾਰੇ ਭੁੱਲ ਲੈਣੇ ਅਤੇ ਸਾਰਿਆਂ ਖਾ ਲੈਣੇ ਅਤੇ ਸ਼ਾਮ ਨੂੰ ਫਿਰ ਭੁੱਲ ਲੈਣੇ ਅਤੇ ਖਾ ਲੈਣੇ ਹਾਂਜੀ ਸਾਡਾ ਟਾਈਮ ਉੱਥੇ ਪੂਰਾ ਹੋ ਗਿਆ ਉੱਥੋਂ ਇਹਨਾਂ ਨੇ ਕਿਹਾ ਵੀ ਹੁਣ ਤੁਸੀਂ ਚਲੋ ਬਾਈ ਤਿਆਰ ਹੋ ਜਾਓ ਉੱਥੋਂ ਹਾਂਜੀ ਉੱਥੇ ਆਇਆ ਪਾਣੀ ਹਾਂਜੀ ਵਿੱਚੇ ਫੌਜ ਰੁੜ ਗਈ ਵਿੱਚੇ ਸਿਵਲ ਰੁੜ ਗਈ ਵਿੱਚੇ ਹਰ ਸ਼ਹਿਰ ਰੁੜ ਗਈ ਕਿਆਮਤ ਆ ਗਈ ਕਿੱਥੋਂ ਤੇ ਸੀਗਾ ਕਾਂਜਣੀ ਵਾਲੇ ਪੁਲ ਤੋਂ ਲਾ ਕੇ ਅਤੇ ਬਿਆਸ ਦੇ ਪੁਲ 'ਤੇ ਖਿਲਕਣ ਬੈਠੀ ਸੀ ਕਾਫਲਾ ਬੈਠਾ ਹਾਂਜੀ ਦੋ ਪਾਸੇ ਫੌਜ ਵੀ ਬੈਠੀ ਸੀ ਹਾਂਜੀ ਰੁੜ ਗਏ ਫਿਰ ਸਾਨੂੰ ਲਾਏ ਆ ਢਿਲਵੀਂ ਇੱਕ ਰਾਤ ਢਿਲਵੀਂ ਰਹੇ ਦੂਸਰੀ ਰਾਤ ਉਹਨਾਂ ਬਿਆਸ ਪੁਲ 'ਤੇ ਲੈ ਆਉਂਦਾ ਅੱਛਾ ਜੀ ਇੱਕ ਰਾਤ ਬਿਆਸ ਪੁਲ 'ਤੇ ਰਹੇ ਅੱਗੇ ਆ ਗਿਆ ਖਰਚੀਆਂ ਹਾਂਜੀ ਸਿੱਖਾਂ ਦਾ ਪਿੰਡ ਸੀ ਖਰਚੀ ਖਲਜੀਆਂ ਨੂੰ ਮੁਸਲਮਾਨ ਵੀ ਕਾਫੀ ਸੀ ਉੱਥੇ ਹੈ ਮੁਸਲਮਾਨ ਵੀ ਵਾਵਾ ਸਨ ਨਹੀਂ ਖਾ ਬਹੁਤ ਸੈਕੀ ਸੀਗੇ ਹਾਂਜੀ ਉੱਥੇ ਆ ਗਏ ਸੀ ਉੱਥੇ ਰਹੇ ਆ 12 ਦਿਨ ਹਾਂਜੀ 12 ਦਿਨਾਂ ਦੇ ਪਿੱਛੇ ਸਾਨੂੰ ਉਹਨਾਂ ਨੇ ਤੋੜ ਲਿਆ ਅਤੇ ਬੜਾ ਵੱਡਾ ਖਤਰਾ ਸੀਗਾ ਗੁਰੂ ਕੇ ਜਡਿਆਲੇ ਦਾ ਹਾਂਜੀ ਉੱਥੇ ਸਿੱਖੀ ਬਹੁਤ ਸੀ ਬੇਸ਼ੁਮਾਰ ਸਿੱਖੀ ਇਹ ਨਹੀਂ ਸਾਨੂੰ ਲੰਘਣ ਦਿੰਦੇ ਇਹ ਨੁਕਸਾਨ ਕਰਨਗੇ ਉਹਨਾਂ ਸਾਨੂੰ ਇਸ ਤੱਕ ਅੱਜ ਕੋਈ ਮਹਿਮਾਨ ਨਵਾਜ਼ੀ ਕੀਤੀ ਵੀ ਜਿੱਦਾਂ ਦੀ ਕਰੀ ਕਾਰੀ ਨਹੀਂ ਕਰਦਾ ਪਾਣੀ ਦੀਆਂ ਛਬੀਲਾਂ ਲਾਈਆਂ ਜਾਂ ਸਿੱਖਾਂ ਨੇ ਅਤੇ ਉੱਥੇ ਬਰਫ਼ਾਂ ਦੇ ਬੁਲਾ ਕੇ ਰੱਖੇ ਹੋਏ ਆ ਅਤੇ ਪੀਓ ਬੜਾ ਦਿਨ ਰਲ ਕੇ ਪੀਓ ਅਸੀਂ ਕਿਹਾ ਯਾਰ ਇਹਦੇ ਵਿੱਚ ਜ਼ਹਿਰ ਪਾਈ ਉਹਨੇ ਕਿਹਾ ਅਸੀਂ ਪਹਿਲਾਂ ਪੀ ਲੈਂਦੇ ਹਾਂ ਫਿਰ ਆ ਗਏ ਅੰਮ੍ਰਿਤਸਰ ਮੰਡੀ ਹਾਂਜੀ ਅੰਮ੍ਰਿਤਸਰ ਮੰਡੀ ਰਹੇ ਅਸੀਂ 8 ਦਿਨ ਹਾਂਜੀ 8 ਦਿਨਾਂ ਤੋਂ ਬਾਅਦ ਸਾਡੀ ਹਕੂਮਤ ਪਾਕਿਸਤਾਨ ਨੇ ਗੱਡੀਆਂ ਭੇਜੀਆਂ 80 ਉਹਦੇ ਵਿੱਚ ਅਸੀਂ ਸਵਾਰ ਹੋਏ ਹਾਂ ਅਤੇ ਅਸੀਂ ਸਿੱਖਾਂ ਦੀ ਗੱਡੀ 'ਚ ਸਵਾਰ ਹੋ ਗਏ ਹਾਂਜੀ ਜਿਹੜੀ ਪਰਮ ਜਾਣੀ ਸੀ ਲਾਹੌਰ ਨੂੰ ਆਉਣੀ ਸੀ ਅੱਛਾ ਜੀ ਜਿਹੜੇ ਉਹਦੇ ਵਿੱਚ ਬੈਠੇ ਅਤੇ ਅਸੀਂ ਡਰਾਈਵਰ ਵੇਖਿਆ ਇੱਕ ਸਿੱਖਣੀ ਨਾਲ ਇੱਕ ਸਿੱਖ ਡਰਾਈਵਰ ਅਸੀਂ ਕਿਹਾ ਵੀ ਸਾਨੂੰ ਤਾਂ ਜੀਜਿਆਂ ਨੂੰ ਮਾਰ ਦੇਣਾ ਇਹਨਾਂ ਨੇ ਅਸੀਂ ਉੱਥੋਂ ਲੈ ਗਏ ਉਹ ਲਹਿਰ ਨਾ ਦੇਵੇ ਸਾਨੂੰ ਗੱਡੀਆਂ ਅਸੀਂ ਤਾਂ ਜਾਣੀਆਂ ਸੀ ਨਾ ਭਰ ਕੇ ਉਹਨਾਂ ਨੇ ਨਾਲ ਪਿਛਲੇ ਪਾਸੇ ਉਹ ਲੱਗਾ ਹੋਇਆ ਸੀ ਅਸੀਂ ਉੱਥੋਂ ਲੈ ਗਏ ਉਹ ਲਹਿਰ ਨਾ ਦੇਵੇ ਬੈਠੋ ਬੈਠੋ ਮੁੜ ਕੇ ਗੱਡੀ 'ਤੇ ਹਾਂਜੀ ਅਸੀਂ ਗੱਡੀ 'ਚ ਬੈਠੀ ਔਰ ਕਿਸ ਤਰੀਕੇ ਨਾਲ ਉਹਦੇ ਜਾਨ ਛੁਡਾਈ ਇੱਕ ਬੰਦੇ ਨੂੰ ਕਿਹਾ ਵੀ ਇਹ ਜੇ ਪਹੀਏ ਦੇ ਵਿੱਚ ਆਰ ਮਾਰ ਇਹ ਪੈਂਚਰ ਹੋ ਜਾਵੇ ਸਾਨੂੰ ਲਾ ਦੇਵੇ ਉਹ ਪਿਸ਼ਾਬ ਕਰਨ ਦੇ ਪੰਜ ਬੈਠਾ ਉਹਨੇ ਐਂ ਕਰਕੇ ਟਾਇਰ 'ਚ ਆਰ ਮਾਰੀ ਅਤੇ ਆਰ ਮਾਰ ਕੇ ਅਤੇ ਜੇਬ 'ਚ ਪਾ ਲਈ ਅਤੇ ਉਹ ਪਟਾਕਾ ਮਾਰਿਆ ਅਤੇ ਉਹ ਕਹਿਣ ਲੱਗਾ ਦੱਸੋ ਮੁਸੀਬਤ ਦੱਸੋ ਪੈਂਚਰ ਦੋ ਦੱਸੋ ਅਸੀਂ ਇਸ ਜਗ੍ਹਾ ਬਚੇ ਉੱਥੋਂ ਬਚ ਕੇ ਫਿਰ ਮੁੜ ਕੇ 8 ਦਿਨ ਲੈਣਾ ਪਿਆ ਸਾਨੂੰ ਫਿਰ ਉੱਥੋਂ 5 ਮੀਲ ਸਾਨੂੰ ਫਿਰ ਨਹਿਰ ਸੀਗੀ ਅੰਮ੍ਰਿਤਸਰ ਤੋਂ ਪਰਲੇ ਪਾਸੇ ਉਸ ਨਹਿਰ ਦੇ ਕਿਨਾਰੇ ਪਾ ਕੇ ਅਤੇ ਫਿਰ ਸਾਨੂੰ ਲਗਾਏ ਆ ਉਹ ਜਾਮਣ ਹੈਗੀ ਆ ਬਾਰਡਰ ਦੇ ਉੱਤੇ ਜਾਮਣ ਪਿੰਡ ਜਾਮਣ ਲਾਹੌਰ ਬਾਰਡਰ ਤੇ ਹਾਂਜੀ ਲਾਹੌਰ ਬਾਰਡਰ ਤੇ ਨਾ ਆਹੋ ਉੱਥੇ ਫਿਰ ਲਗਾਏ ਉੱਥੇ ਜਦੋਂ ਸਾਨੂੰ ਉੱਥੇ ਗਏ ਨਾ ਗੇਟ ਲੱਗੇ ਹੋਏ ਆ ਝੰਡੇ ਲੱਗੇ ਹੋਏ ਆ ਅਤੇ ਨਾਰੇ ਮਰਵਾਏ ਪਾਕਿਸਤਾਨ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ ਇੱਕ ਪਾਸੇ ਦੀ ਉੱਧਰੋਂ ਸਿੱਖ ਅਤੇ ਹਿੰਦੂ ਆ ਰਹੇ ਆ ਇੱਕ ਪਾਸੇ ਦੀ ਅਸੀਂ ਜਾ ਰਹੇ ਹਾਂ ਉੱਥੇ ਸਾਰੀ ਰਾਤ ਬਾਰਿਸ਼ ਪੈਂਦੀ ਰਹੀ ਚੋਵਾ ਮੇਰੀ ਚੋਵਾ ਉਹ ਵਕਤ ਨਾਲ ਖੁਦਾ ਲਿਆਵੇ ਉੱਥੇ ਅਸੀਂ ਰਾਤ ਰਹੇ ਆ ਸਵੇਰ ਨੂੰ ਉੱਠ ਕੇ ਅਧਿਆਰੇ ਚਲੇ ਗਏ ਹਾਂਜੀ ਜਿੱਥੇ ਅਧਿਆਰੇ ਚਲੇ ਗਏ ਆ ਅਤੇ ਬਾਰਿਸ਼ ਪੈਂਦੀ 'ਚ ਗਏ ਆ ਉੱਥੇ ਇੱਕ ਮਕਾਨ ਲੱਭ ਗਿਆ ਉਹਦੇ 'ਚ ਵੜ ਗਏ
ਰਾਤ ਕੱਟੀ ਹੈ, ਉੱਥੇ ਆਟਾ ਤਕਸੀਮ ਕੀਤਾ। ਸਾਨੂੰ ਇੱਕ ਬੰਦਾ ਠੰਡਦਾਰ ਲੈ ਗਿਆ ਕਿ ਤੁਸੀਂ ਆਟਾ ਤਕਸੀਮ ਕਰੋ, ਘੇਰ ਤਕਸੀਮ ਕਰੋ, ਆ ਰੋਟੀ ਤਕਸੀਮ ਕਰੋ। ਹਾਂਜੀ, ਅਸੀਂ ਸਾਰੀ ਰਾਤ ਉਹ ਕਰਦੇ ਰਹੇ ਹਾਂ ਅਤੇ ਸੁਬਹਾ ਦਾ ਟਾਈਮ ਹੋਇਆ, ਬਾਂਗ ਮਿਲਣ ਦਾ ਟਾਈਮ ਹੋਇਆ ਅਤੇ ਫੌਜ ਚਲੀ ਗਈ। ਉਹਨੇ ਕਿਹਾ, ਪੁੱਛਦੇ ਦੱਸਦਿਆਂ ਵੀ ਆਹ ਫਲਾਨਾ ਬੰਦਾ ਜਿਹੜਾ ਨਾ ਉਹ ਇੱਥੇ ਹੈਗਾ। ਉਹਨਾਂ ਬੰਦਿਆਂ ਦੱਸਿਆ ਵੀ ਹੈਗਾ। ਉਹ ਫਿਰ ਮੈਨੂੰ ਉੱਥੋਂ ਨਾ ਲੈ ਕੇ ਕਹਿਣ ਲੱਗੇ ਵੀ ਬੈਠ ਗੱਡੀ 'ਚ ਦੌੜ ਚੱਲ। ਮੈਂ ਕਿਹਾ ਵੀ ਮੈਂ ਨਹੀਂ ਜਾਣਾ ਇੱਦਾਂ, ਮੇਰੇ ਮਾਮੇ ਨਾਲ ਆ, ਉਹਨਾਂ ਦੇ ਨਾਲ ਮੈਂ ਆਇਆ, ਉਹਨਾਂ ਕੋਲ ਜਾਲ 'ਚ ਲੈ ਲਾ। ਉਹਨਾਂ ਨੇ ਉਹਨਾਂ ਕੋਲ ਜਾਲ 'ਚ ਲਈ, ਉਹਨਾਂ 'ਚ ਲੈ ਲਿਆ। ਉਹਨਾਂ ਨੇ ਜਾ ਕੇ ਭਾਈ ਮੇਰੀ ਹਮਾਮਤ ਹਜਾਮਤ ਕਰਵਾਈ। ਹਜਾਮਤ ਕਰਵਾ ਕੇ ਸਾਬਣ ਨਾਲ ਮਲ ਕੇ, ਮੇਰੇ ਯਾਰ ਸੀਗੇ ਉਹਨਾਂ ਨੇ ਮੈਨੂੰ ਨਵਾਇਆ, ਨਵਾ ਕੇ ਟੀਕੇ ਛੀਕੇ ਮੇਰੇ ਲਵਾਏ, ਟੀਕੇ ਛੀਕੇ ਲਵਾ ਕੇ ਮੇਰੇ ਨਵੀਂ ਪੋਸ਼ਾਕ ਬਣਾਈ, ਬਣਾ ਕੇ ਤੇਲ ਸ਼ੇਲ ਕੁਛ ਮੋਹਿਆ ਲਾ ਕੇ ਗੱਡੀ 'ਚ ਪਾਇਆ ਫੌਜੀ 'ਚ, ਅਤੇ ਮੈਨੂੰ ਵਾਟਰ ਸਕੂਲ ਲਿਆਏ 3 ਨੰਬਰ ਬਾਰਕ 'ਚ। 3 ਨੰਬਰ ਬਾਰਕ ਦੇ ਵਿੱਚ ਇੱਕ ਦਿਹਾੜੀ ਰਹਿ ਅਤੇ ਮੁੜ ਫਿਰ ਗੱਡੀ 'ਚ ਸਵਾਰ ਹੋ ਗਿਆ ਵਾਟਰ ਸਕੂਲੋਂ। ਰਾਤ ਗੱਡੀ ਰਾਏ ਵੀ ਨਹੀਂ ਜਾ ਖੜੀ ਹੋਈ, ਇੰਜਣ ਨੂੰ ਲਾਹ ਕੇ ਰਹਿ ਸਾਰੀ ਰਾਤ ਉੱਥੇ ਖੜੀ, ਅਤੇ ਸਵੇਰ ਨੂੰ ਇੰਜਣ ਗਿਆ ਅਤੇ ਉਹਨਾਂ ਨੇ ਕੱਚੀ ਕੋਠੀ ਫਿਰ ਜਾ ਕੇ ਲਾਹ ਲਿਆਂਦਾ। ਉੱਥੇ ਇੱਕ ਰਾਤ ਕੱਢੀ, ਉੱਥੋਂ ਫਿਰ ਚੱਲੇ ਆ ਅਤੇ ਫਿਰ ਚਲੇ ਗਏ ਛਾਂਗੇ ਵਾਂਗੇ ਜਖੀਰੇ। ਉੱਥੇ 2 ਰਾਤਾਂ ਰਹੇ ਆ, ਇੰਜਣ ਲਾਹ ਲਿਆ, ਅੱਗੇ ਚਲੇ ਗਏ ਕਾੜੇ। ਇੱਦਾਂ ਕਰਦੇ ਕਰਦੇ ਇਹਨਾਂ ਦੇ ਪਿੰਡ ਚਲੇ ਗਏ ਰਮਜ਼ਾਨ ਉਹਨਾਂ ਦੇ, ਉੱਥੇ ਸਾਦਕਾਬਾਦ ਸਾਦਕਾਬਾਦ ਪਹੁੰਚ ਗਏ। ਮੁੜ ਉੱਥੇ ਰਹਿਣਾ ਸ਼ੁਰੂ ਕਰਤਾ, ਰਹਿ ਅਸੀਂ ਸਾਈ ਆਰਮੀ ਆ ਕੈਂਪ 'ਚ। ਅੱਛਾ ਜੀ, 15 ਦਿਨ 15 ਦਿਨ ਅਸੀਂ ਰਹੇ ਆ ਹਵਾਈ ਅੱਡੇ ਦੇ ਵਿੱਚ ਮੁਲਤਾਨ, ਜਿੱਦੇ ਸੁਲਤਾਨਪੁਰ ਵੀ ਰਹੇ ਆ, ਜਹਾਨੀਆ ਮੰਡੀ ਵੀ ਰਹੇ ਆ, ਵਿਹਾੜੀ ਵੀ ਰਹੇ ਆ ਅੱਡੇ 'ਚ ਸੁੱਟੇ ਆ, ਬੂਰਾ ਮੰਡੀ ਵੀ ਰਹੇ ਆ, ਗਗਨ ਬੰਗਲੇ ਵੀ ਗਏ ਆ। ਇਹ ਸ਼ਹਿਰ ਏਦਾਂ ਵੇਖੇ ਆ ਕਿ ਸਾਨੂੰ ਕੁਦਰਤ ਦਿਖਾਉਂਦੀ ਰਹੀ ਉਹਦਾ ਸਾਡੇ ਵਾਸੀ। ਫਿਰ ਉੱਥੇ ਪੱਕੇ ਚਲੇ ਗਏ ਸੀ ਅਤੇ ਅੱਲਾ ਦੀ ਖੈਰ ਆ, ਜਾਂਦੇ ਨਹਿਰ 'ਤੇ ਬੇਲਦਾਰ ਲੱਗ ਗਏ ਆ, ਰੋਜ਼ੀ ਅੱਲਾ ਦੇਣਾ, 30 ਰੁਪਈਏ ਤਨਖਾਹ ਸੀਗੀ, ਵਾਰੇ ਨਿਆਰੇ ਹੋ ਗਏ ਅੱਲਾ ਨੇ ਕਰਤੇ ਅਤੇ ਮੁੜ ਇੱਥੇ ਆ ਗਏ ਆ। ਸਾਲ ਬਾਅਦ ਇੱਥੇ ਆ ਕੇ ਅਤੇ ਫਿਰ ਕਾਰੋਬਾਰ ਆਪਣੇ ਸ਼ੁਰੂ ਕਰਦੇ। ਅੱਲਾ ਦੀ ਖੈਰ ਹੈ ਜੀ, ਸਿੱਖਾਂ ਨੇ ਮਾੜਾ ਨਹੀਂ ਕੀਤਾ। ਸਿੱਖ ਜੀ, ਮੈਂ ਤੁਹਾਨੂੰ ਗੱਲ ਸੁਣਾਉਣੀ ਸੀ, ਅਸੀਂ ਮੰਡੀ ਦੇ ਬਾਹਰਲੇ ਪਾਸੇ ਬੈਠੇ ਆ ਦੀਵਾਰ ਦੇ। ਹਾਂਜੀ, ਇੱਕ ਬੰਦਾ ਹੋਰ ਸੀ, ਉਹ ਮੇਰੇ ਨਾਲ ਮਰ ਗਿਆ। ਸਾਡੇ ਕੋਲ ਵਰਸ਼ਾ ਹੋਵੇ, ਇੱਕ ਉਹ ਕੁਹਾੜੀ ਹੋਵੇ, 2 ਸਿੱਖ ਆਏ। ਉਹ ਕਹਿਣ ਲੱਗੇ, ਯਾਰ ਤੁਸੀਂ ਹਰਾਮ ਦੀ ਮੋਟੇ ਜ਼ਰੂਰ ਮਰਨਾ। ਅਸੀਂ ਕਿਹਾ, ਕਿਉਂ? ਆ ਛੱਡ ਦਿਓ। ਉਹਨਾਂ ਸਾਡੇ ਕੋਲ ਸਟਾਰਟਾ ਸਾਨੂੰ ਫੜ ਕੇ ਅਤੇ ਦੀਵਾਰ ਦੇ ਅੰਦਰ ਲਾਇਆ, ਅੰਦਰ ਲਿਜਾ ਕੇ ਬਾਸਤਾ, ਆਰਾਮ ਨਾਲ ਤੁਹਾਡੀ ਜ਼ਿੰਦਗੀ ਬਚ ਜਾਏ। ਬੜੇ ਬੜੇ ਕੰਮ ਸਿੱਖ ਅੱਛੇ ਵੀ ਕਰਦੇ ਰਹੇ ਉੱਥੇ ਹੀ। ਇਹ ਵਾਕਿਆ ਉੱਥੇ ਦਾ ਹੀ ਉੱਥੇ ਨਹੀਂ ਤੇ ਜਿਵੇਂ ਲੋਕਾਂ ਦੇ ਕਹਿੰਦੇ ਵੀ ਉਦੋਂ ਨੁਕਸਾਨ ਬਹੁਤ ਹੋਇਆ ਸੀ। ਦੇਖੋ ਨਾ, ਕੋਈ ਨੀ ਕੋਈ ਨੀ ਖੈਰ ਹੈ। ਇਹ ਸਿੱਖ ਤਾਂ ਮੇਰਾ ਇੱਕ ਆਹ ਜਿਹੜਾ ਸਭ ਤੋਂ ਵੱਡਾ ਸਾਨ ਮੇਰੇ 'ਤੇ ਕੀਤਾ ਸਿੱਖ ਨੇ, ਮੈਂ ਉਹ ਦੇ ਨਹੀਂ ਸਕਦਾ। ਮੇਰੇ ਫੋੜਾ ਸੀਗਾ, ਉਹ ਮਿਲਟਰੀ ਦੇ ਵਿੱਚ ਭਰਤੀ ਹੋਇਆ ਸੀ, ਆਹ ਪੁਲਾਂ 'ਤੇ ਇੰਜੀਨੀਅਰ। ਉਹ ਜਦੋਂ ਛੁੱਟੀ ਆਇਆ 2 ਸਾਲਾਂ ਬਾਅਦ, ਤਾਂ ਮੈਂ ਮੰਜੇ ਦੇ ਪਿਆ ਬਿਮਾਰ, ਅਤੇ ਉਸ ਬੰਦੇ ਨੇ ਮੇਰਾ ਇਲਾਜ ਕਰਵਾਇਆ। ਉਹਦਾ ਕੀ ਨਾਂ? ਉਹਦਾ ਕਰਤਾਰ ਸਿੰਘ। ਕਿੱਥੋਂ ਦਾ? ਸਾਡੇ ਪਿੰਡ ਦਾ ਸੀ। ਤੁਹਾਡੇ ਪਿੰਡ ਦਾ? ਡੇਰਾ ਸਜਦਾ ਦਾ। ਡੇਰਾ ਸਜਦਾ ਦਾ, ਠੀਕ ਹੈ। ਅੱਛਾ, ਫਿਰ ਮੁੜ ਕੇ ਉਹ ਜਿਹੜੇ ਉਹਨਾਂ ਦੀਆਂ ਫੈਮਿਲੀਆਂ ਸ਼ਿਵ ਤੇ ਤੁਹਾਨੂੰ ਮਿਲਣ ਆਉਂਦਾ ਰਿਹਾ, ਸ਼ਿਵ ਤੇ ਮਿਲਣ ਆਉਂਦਾ ਰਿਹਾ, ਤੇ ਦੂਜੇ ਨੀ ਕੋਈ ਮਿਲਣ ਆਏ ਬਾਅਦ ਤੁਹਾਡੇ ਪਿੰਡ ਵਾਲੇ? ਕੋਈ ਨਹੀਂ, ਐਸੋ ਜੀ ਚਿੱਠੀ ਲਿਖਦੇ ਨੇ ਕਿ ਜਿਹੜਾ ਬੰਦਾ ਜਾਂਦਾ ਰਿਹਾ। ਹਾਂਜੀ, ਉੱਥੇ ਲਾਗੇ ਪਿੰਡ ਦਾ, ਤੇ ਸਾਨੂੰ ਕਹਿੰਦਾ ਰਿਹਾ ਕੋਈ ਜਾਣੂ ਬੰਦਾ ਹੈਗਾ ਤੇ ਉਹਦੀ ਚਿੱਠੀ ਦੇ ਦਿਓ। ਅਸੀਂ ਇੱਥੇ ਦਰਸ਼ਨ ਰਾਜ ਦੀ ਚਿੱਠੀ ਦਿੰਦੇ ਰਹੇ, ਪ੍ਰੇਮ ਚੰਦ ਦੀ ਚਿੱਠੀ ਦਿੰਦੇ ਰਹੇ, ਅਤੇ ਉਹ ਇਹਨਾਂ ਨੂੰ ਮਹੀਨਾ ਰੱਖਦੇ ਰਹੇ ਆ। ਇਹ ਇੱਥੇ ਆ ਕੇ ਸਾਨੂੰ ਦੱਸਦੇ ਰਹੇ, ਸਾਨੂੰ ਉਹਨਾਂ ਨੇ ਕਿਸੇ ਅੰਬਰ ਦੀ ਤਕਲੀਫ ਨਹੀਂ ਆਉਣ ਦਿੱਤੀ। ਹਾਂਜੀ, ਉਹ ਰੱਖਿਆ ਦਿਨ ਨੂੰ ਆਪਣੇ ਚਲਾ ਜਾਵੇ ਪਿੰਡ। ਆਹ ਸੁਨਿਆਰਾ ਗਿਆ ਇੱਕ ਵਾਰੀ, ਮੁਹੰਮਦ ਸੁਨਿਆਰੇ ਦਾ ਪੁੱਤ, ਇਹ ਇੱਕ ਵਾਰੀ ਗਿਆ, 2 ਵਾਰੀ ਬਲਕਿ ਗਿਆ ਸਾਡੇ ਕੋਲ ਚਿੱਠੀ ਲੈ ਕੇ ਗਿਆ। ਹੁਣ ਤਾਂ ਮਰ ਗਿਆ ਵਿਚਾਰਾ, ਅਤੇ ਜਿਹੜਾ ਬੰਦਾ ਜਾਂਦਾ ਰਿਹਾ ਅਸੀਂ ਚਿੱਠੀ ਲੈ ਕੇ ਦਿੰਦੇ ਰਹੇ ਹਾਂ, ਅਤੇ ਉਹਨਾਂ ਸੇਟਾਂ ਨੂੰ ਉਹ ਸਾਡੀ ਚਿੱਠੀ ਨੂੰ ਚੁੰਮਦੇ ਰਹੇ। ਕਹਿਣ ਦਾ ਮਕਸਦ ਇਹ ਵੀ ਪਿਆਰ ਸਾਂਝ ਮੁਹੱਬਤ ਚੰਗੀ ਸੀ ਉਦੋਂ,
ਸਾਡੇ ਨਾਲ ਤਾਂ ਇੱਦਾਂ ਸੀਗਾ ਵੀ ਸਬੂਤ ਵੀ ਅਸੀਂ ਉਹਨਾਂ ਨੂੰ ਕਹਿੰਦੇ ਸਾਰੇ ਖੂਹ ਜੋੜੇ ਹੁੰਦੇ ਸੀਗੇ ਅਤੇ ਉਹਨਾਂ ਸਵੇਰੇ ਨਹਾਉਣ ਆਉਣਾ ਤੇਲ ਸਾਬਣ ਲਿਆ ਜਾਂ ਖੱਤਰੀਆਂ ਦੇ ਮੁੰਡਿਆਂ ਨੇ ਚੰਗੇ ਸੋਹਣੇ ਜਵਾਨ ਹੋਣੇ ਅਸੀਂ ਉਹਨਾਂ ਨੂੰ ਸਾਬਣ ਤੇਲ ਸਾਡੇ ਲਈ ਵੀ ਲਿਆ ਕਰੋ ਉਹ ਸਵੇਰੇ ਲੈ ਕੇ ਆਉਂਦੇ ਦਿਲ ਕਰਦਾ ਪਿੰਡ ਵੇਖਣ ਨੂੰ ਦਿਲ ਕਰਦਾ ਆਪਣਾ ਕਿਉਂ ਨੀ ਕਰਦਾ ਆਪਣਾ ਵਤਨ ਨੀ ਕਰਦਾ ਵਤਨ ਨਹੀਂ ਬੋਲੋ ਵਤਨ ਨੂੰ ਜਾਂਦੇ ਯੂਸ ਵੱਡੇ ਲਈ ਛੁੜਾਇਆ ਡਾਚੀ ਨੇ ਪੁੱਛਿਆ ਨਹੀਂ ਯਾਰ ਯੂਸਫ ਨੇ ਡਾਚੀ ਨੇ ਯੂਸਫ ਦਿੱਤਾ ਬਹੁਤ ਜਿੰਦਾ ਵਾਲੇ ਆਈ ਮੈਂ ਯੂਸਫ ਕਨਿਆਨੋ ਆਈ ਪੁੱਛ ਸੁਨੇੜਾ ਕੋਈ ਉਹਨੇ ਕਿਹਾ ਦਰਖਤ ਕਾਇਮ ਆ ਕਿ ਨਹੀਂ ਉਹਨੇ ਕਿਹਾ ਦਰਖਤ ਕਾਇਮ ਆ ਤੇ ਲਗਰਾਂ ਸੁੱਕ ਗਈਆਂ ਫਿਰ ਕੁੱਟਦਾ ਦਿੱਤਾ ਤੇ ਫਿਰ ਅੱਖਾਂ ਨੇ ਫੇਰਿਆ ਤੇ ਫਿਰ ਅੰਦਰ ਹੋਈ ਪਿੰਡ ਜਿਹੜਾ ਕਹਿਣ ਦਾ ਮਕਸਦ ਹੈ ਵੀ ਜਿੱਥੇ ਬੰਦਾ ਜੰਮਿਆ ਪੜਿਆ ਹੋਵੇ ਉਹ ਨਹੀਂ ਭੁੱਲਦਾ ਮੈਂ ਡੋਗਰੀ ਹਜ ਕਰਕੇ ਤੇ ਬੰਦੇ ਕਹਿੰਦੇ ਭੁੱਲ ਜਾਂਦੇ ਫਿਰ ਮਦੀਨਾ ਚੌਕੇ ਲੈ ਗਿਆ ਆ ਜਾਂ ਅੱਲਾਹ ਦਾ ਘਰ ਲੈ ਗਿਆ ਉੱਥੇ ਹੀ ਆ ਨਾ ਮਸਜਿਦ ਨਬੀ ਉੱਥੇ ਹੀ ਆ ਲੈ ਜਾਂਦੇ ਚੌਕੇ ਘੰਟਾ ਘਰ ਇੱਥੇ ਹੀ ਆ ਫੈਸਲਾਬਾਦ ਦਾ ਸਟੇਸ਼ਨ ਇੱਥੇ ਹੀ ਹੈਗਾ ਤੇ ਸੁਲਤਾਨਪੁਰ ਦਾ ਲੈ ਗਿਆ ਚੌਕੇ ਭੋਲੀਆਂ ਗੱਲਾਂ ਕਰਦੇ ਸਾਰੀ ਜ਼ਿੰਦਗੀ ਗੁਜ਼ਾਰੀ ਲੁਧਿਆਣੇ ਦਾ ਦੋਸਤ ਆ ਰਿਹਾ ਜੇ ਆਹ ਬੰਦਾ ਪੁੱਛਣਾ ਮੇਰੇ ਕੋਲ ਪੁੱਛ ਲਓ ਆਹ ਸਿੱਖਾਂ ਨੇ ਕੇਸ ਲੱਗੇ ਰਾਤ ਤੇ ਤਾਸ ਖੇਡ ਨਹੀਂ ਛੱਡਣਾ ਤੇ ਸਵੇਰੇ ਦਿਨ ਸਵੇਰੇ ਉੱਠਣਾ ਅੱਛਾ ਬਦਲਣ ਬਹੁਤ ਕੁਛ ਗਿਆ ਹੋਣਾ ਹੁਣ ਉੱਥੇ ਸੁਲਤਾਨਪੁਰ ਲੋਧੀ ਦਾ ਮੈਂ ਕਿਹਾ ਬਦਲ ਬਹੁਤ ਕੁਛ ਗਿਆ ਹੋਣਾ ਲੇਕਿਨ ਫਿਰ ਵੀ ਜੇ ਰੱਬ ਚਾਹੇ ਤੁਹਾਡਾ ਕੋਈ ਸਬੱਬ ਬਣ ਜੇ ਜਾਣ ਦਾ ਉਹ ਘਰ ਲੱਭ ਲਓ ਵੀ ਕਿੱਥੇ ਕਰਕੇ ਸਾਡਾ ਘਰ ਸੀ ਸਾਡਾ ਘਰ ਹੈ ਬਾਹਰਲੇ ਪਾਸੇ ਜ਼ਮੀਨ ਦੇ ਨਾਲ ਅੱਗੇ ਥੜੇ ਬਣੇ ਹੋਏ ਆ ਅੱਗੇ ਟਿੱਕਰਾਂ ਦੇ ਦਰਖਤ ਖੜੇ ਆ ਇਹ ਸਟੇਸ਼ਨ ਦੇ ਉੱਤੋਂ ਗੱਡੀ ਜਿਹੜੀ ਹੈ ਨਾ ਆਣ ਕੇ ਖੜੀ ਹੋਵੇ ਤੇ ਅਸੀਂ ਨੱਸ ਕੇ ਚੜ ਜਾਂਦੇ ਸੀ ਤਿੰਨ ਕਿੱਲੇ ਸਾਥੋਂ ਸੀ ਸਟੇਸ਼ਨ ਕਦੀ ਆਇਆ ਕੋਈ ਬੰਦਾ ਸੁੱਤਿਆ ਪਿਆ ਕੋਈ ਜ਼ਿਹਨ ਚ ਖਿਆਲ ਚ ਆਇਆ ਵੀ ਉਹ ਮੇਰਾ ਪਿੰਡ ਉਹ ਐਵੇਂ ਦਾ ਸਿੱਖ ਮਿਲੇ ਸੀਗੇ ਇੱਕ ਵਾਰੀ ਮੈਨੂੰ ਚੌਥਾ ਪੰਜਵਾਂ ਸਾਲ ਹੋ ਗਿਆ ਇੰਨਾ ਕੀ ਹੋਇਆ ਪੰਜ ਛੇ ਸਾਲ ਹੋ ਗਿਆ ਇਹ ਹਾਜੀ ਕੈਂਪ ਅਤੇ ਉਹ ਬੰਦੇ ਮੇਰੇ ਨਾਲ ਸੀਗੇ ਵੀਹ ਪੱਚੀ ਬੁੜੀਆਂ ਬੰਦੇ ਉਹ ਕਹਿਣਗੇ ਵੀ ਆਹ ਇਹਨਾਂ ਬੰਦਿਆਂ ਨੂੰ ਪੁੱਛ ਕੇ ਵੇਚਦਾ ਵੀ ਤੂੰ ਜਾਣਦੇ ਤੈਨੂੰ ਮੈਂ ਇਹ ਗੱਲ ਕੋਈ ਨਹੀਂ ਅਸੀਂ ਇਕੱਠੇ ਰਹਿੰਦੇ ਆਏ ਹਾਂ ਮੈਂ ਉੱਥੇ ਚਾਰ ਕਰਮਾ ਖਾ ਹੋ ਕੇ ਉਹਨਾਂ ਨੂੰ ਆਖਿਆ ਸਾਹਿਬ ਸਲਾਮ ਉਹਨਾਂ ਕਿਹਾ ਸਾਹਿਬ ਨੂੰ ਸਲਾਮ ਮੈਂ ਕਿਹਾ ਸਰਦਾਰ ਜੀ ਆਓ ਨਾ ਤੁਹਾਨੂੰ ਕੋਈ ਨਾਸ਼ਤਾ ਚਾਸ਼ਤਾ ਕਰਾਈਏ ਹੈਂ ਇਹ ਕਿਹਾ ਯਾਰ ਲਾਹੌਰ ਸ਼ਹਿਰ ਦੇ ਵਿੱਚ ਬਾਹਰ ਬੰਦਾ ਟੂਆ ਜੀ ਨੇ ਸਾਨੂੰ ਪੁੱਛਿਆ ਵੀ ਆਓ ਨਾਸ਼ਤਾ ਕਰਾਈਏ ਦੋ ਜਨਾਨੀਆਂ ਸੀ ਤਿੰਨ ਸਿੱਖ ਸੀ ਉਹ ਚਲੇ ਗਏ ਤੇ ਮਗਰੋਂ ਫੇਰ ਆ ਗਏ ਮੈਂ ਫੇਰ ਗਾਹ ਹੋ ਕੇ ਉਹਨਾਂ ਨੂੰ ਮਿਲਿਆ ਪੁੱਛਿਆ ਵੀ ਤੁਸੀਂ ਆਪਣੇ ਅੱਜ ਕੱਲ੍ਹ ਦੌਲਤਖਾਨਾ ਕਿੱਥੇ ਹੈ ਉਹਨੇ ਕਿਹਾ ਮਹਾਰਾਜ ਜੀ ਕੋਠੀ ਦੇ ਨਾਲ ਕੋਠੀ ਵਾਲਾ ਖੂਹ ਸੁਣਾਉਂਦਾ ਅੱਗੇ ਹੈਗਾ ਵਾ ਅੰਬਾ ਵਾਲਾ ਖੂਹ ਉਹ ਅੰਬਾ ਵਾਲਾ ਖੂਹ ਸਾਡਾ ਸੀਗਾ ਤੇ ਮੈਂ ਕਿਹਾ ਯਾਰ ਉੱਥੇ ਸਾਡੇ ਕੋਲ ਉੱਥੇ ਮੈਂ ਕਿਹਾ ਹੋਰ ਕੋਈ ਨਿਸ਼ਾਨੀ ਦੱਸੋ ਉਹਨੇ ਕਿਹਾ ਉੱਥੇ ਸਿਵੇ ਹੈਗੇ ਆ ਸਾਡੀ ਜ਼ਮੀਨ ਦੇ ਨਾਲ ਸਿਵੇ ਸੀਗੇ ਠੀਕ ਚੰਨਾ ਚੌਂਕ ਕਿਲਿਆਂ ਦੇ ਵਿੱਚ ਠੀਕ ਹੈ ਉਹਨਾਂ ਮੈਨੂੰ ਦੱਸਿਆ ਬੜੇ ਖੁਸ਼ ਹੋ ਕੇ ਮਿਲੇ ਕਹਿੰਦੇ ਤੁਹਾਡੀਆਂ ਜ਼ਮੀਨਾਂ ਤੇ ਅਸੀਂ ਆ ਰੱਦੋ ਬਦਲ ਹੋ ਗਿਆ ਉਲਟ ਪੁਲਟ ਹੋ ਗਿਆ ਸਾਰਾ ਕੁਛ ਬੜਾ ਖੁਸ਼ ਹੋਏ ਕਿ ਉਹਨਾਂ ਨੂੰ ਮੋਰਾ ਜ਼ੋਰ ਲਾਇਆ ਮੈਂ ਕਿਹਾ ਜਿਹੜੀ ਸ਼ਾਇਦ ਬੱਤੀਆਂ ਡੰਡਾ ਡੰਡਾ ਕਹੋ ਉਹ ਮਿਲ ਸਕਦੀ ਹੈ ਉਹਨੇ ਕਿਹਾ ਯਾਰ ਬਾਹਰ ਬੰਦਾ ਠੂਮਾ ਤੈਨੂੰ ਕਿਹਨੇ ਅਕਲ ਦਿੱਤੀ ਹੈ ਸਰਦਾਰ ਮੈਨੂੰ ਕਹਿਣ ਲੱਗਾ ਮੈਂ ਕਿਹਾ ਅੱਲਾਹ ਅਕਰਾ ਡੰਡਾ ਹੈਗਾ ਬੰਦੇ ਨੇ ਦੇਣਾ ਮੇਰਾ ਕੀ ਚੁੱਕੇ ਲੈ ਜਾਣਾ ਤੁਸੀਂ ਜਾਣਗੇ ਉੱਥੇ ਗੱਲਾਂ ਕਰਨਗੇ ਯਾਰ ਇੱਕ ਬੰਦਾ ਮਿਲਿਆ ਸੀਗਾ ਉਹ ਕਹਿੰਦਾ ਤੁਹਾਨੂੰ ਆਓ ਨਾਸ਼ਤਾ ਕਰਾਈਏ ਆਓ ਤੁਹਾਨੂੰ ਫਲਾਣੀ ਸ਼ਾਇਦ ਕਰਾਈਏ ਮੇਰੀ ਮੈਂ ਕਿਹਾ ਸਿਫਤ ਕਰਨੀ ਤੁਸੀਂ ਗੱਲ ਇਹ ਹੈਗੀ ਹੈ ਅੱਛਾ ਸੁਲਤਾਨਪੁਰ ਲੋਧੀ ਹਾਂਜੀ ਤੇ ਮਿਆਣੀ ਕਿਹੜਾ ਮਿਆਣੀ ਹੁਸ਼ਿਆਰਪੁਰ ਦੇ ਜਿਹੜੇ ਨਹੀਂ 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 ਆਹ ਮਿਆਣੀ ਆਹ ਮਿਆਣੀ ਹੁਣ ਇੱਥੇ ਹੈ ਸੁਲਤਾਨਪੁਰ ਲੋਧੀ ਤੇ ਮਿਆਣੀ ਹਾਂਜੀ ਕਿਹੜਾ ਵਧੀਆ ਲੱਗਦਾ ਹਾਂਜੀ ਕਿਹੜਾ ਵਧੀਆ ਪਿੰਡ ਹੈ ਸੁਲਤਾਨਪੁਰ ਵੀ ਜੰਨਤ ਦਾ ਘਰ ਸੀ ਤੇ ਜਿਹੜੀ ਮਿਆਣੀ ਹੈ ਨਾ ਸਾਨੂੰ ਰੱਬ ਨੇ ਜੰਨਤ 'ਚ ਲੈ ਆਉਂਦਾ
ਸਾਡੀ ਬਰਾਦਰੀ ਹੈਗੀ ਆ ਇੱਥੇ 500 ਘਰ ਤੇ ਅਸੀਂ ਜੰਨਤ 'ਚ ਬੈਠੇ ਹਾਂ। ਮਾਨੋ ਜੀ ਦੁੱਖ ਤਕਲੀਫ ਸਾਡੀ ਸਾਂਝੀ ਸੁਲਤਾਨਪੁਰ ਲੋਧੀ ਵੀ ਜੰਨਤ ਸੁਲਤਾਨਪੁਰ ਵੀ ਆਹ ਆਪਣੇ ਲਾਗੇ ਆਪਣਾ ਪਿੰਡ ਪੈਗਾ ਵਾ ਸਦੀਆਂ ਟਕੋਰਾ ਹੈਗਾ ਕੋਟ ਜਿੰਨਾਨਾਥ ਹੈਗਾ ਅੱਗੇ ਆਰਫ ਵਾਲਾ ਹੈਗਾ ਅਖਾੜਾ ਹੈਗਾ ਇਹ ਸਾਰੇ ਪਿੰਡ ਮੈਨੂੰ ਏਦਾਂ ਜੀ ਜੰਨਤ 'ਚ ਰਹਿੰਦੇ ਅਸੀਂ। ਹੁਣ ਬਣਾਓ ਫਿਰ ਪ੍ਰੋਗਰਾਮ ਤੁਹਾਨੂੰ ਲੈ ਚੱਲੀਏ ਉੱਧਰ ਹੈਂ ਲੈ ਚੱਲੀਏ ਉੱਧਰ ਲੈ ਚਲੋ ਮੈਂ ਯਾਰਾਂ ਤਾਂ ਮਿਲ ਜਾਂਗਾ ਯਾਰਾਂ ਨੂੰ ਮਿਲੋਗੇ ਅੱਜ ਤੁਸੀਂ ਹੈਗੇ ਜੀ ਤੁਹਾਡਾ ਵੀ ਕੋਈ ਨਾ ਕੋਈ ਯਾਰ ਸ਼ਾਇਦ ਹੋਵੇ ਜ਼ਰੂਰੀ ਤਾਂ ਨਹੀਂ ਵੀ ਸਾਰੇ ਮਰ ਗਏ ਕੀ ਖਿਆਲ ਹੈ ਹੁਣ ਵੇਖੋ ਡੂਰੀ ਵੀ ਮਰ ਗਏ ਹੋਣੇ ਰਾਮ ਜੀ ਮਰ ਗਿਆ ਹੋਣਾ ਨਾਮੋ ਹਲਵਾਈ ਹੋਰੀ ਹੋਣੇ ਆ ਪ੍ਰੇਮ ਹੋਰੀ ਹੋਣੇ ਆ ਗਿਆਨ ਦਾਈ ਹੋਣੇ ਹੋਣੇ ਆ ਬਖਸ਼ੀ ਮੁਰੀ ਵਾਲੇ ਹੋਣੇ ਆ ਕਾਕਾ ਹਲਵਾਈ ਮਰ ਗਿਆ ਉਹਦਾ ਪਿਓ ਵੀ ਮਰ ਗਿਆ ਹੋਣਾ ਇਹ ਹਲਵਾਈ ਹੋਣੀ ਕਿੱਥੋਂ ਦੇ ਆ ਹਲਵਾਈ ਉੱਥੇ ਸੀਗੇ ਆਪਣੇ ਸ਼ਹਿਰ ਦੇ ਅੱਛਾ ਅੱਛਾ ਨਾਥੋ ਹਲਵਾਈ ਮਰ ਗਿਆ ਹੋਣਾ ਮੇਰਾ ਖਿਆਲ ਤੁਸੀਂ ਵੀ ਬਰਫੀ ਦਾ ਕਰਦੇ ਸੋ ਕੰਮ ਦੁਕਾਨ ਬਣਾਈ ਉੱਥੇ ਹਲਵਾਈ ਬੜੇ ਵਾਕਫ ਹੈ ਆਪਣੇ ਹਲਵਾਈ ਆਪਣੇ ਯਾਰ ਸੀਗੇ ਅੱਛਾ 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 ਚਲੋ ਠੀਕ ਹੋ ਗਿਆ ਆਪਣੇ ਯਾਰ ਦੇ ਜਲੰਧਰ ਵੀ ਬਹੁਤ ਸੀਗੇ ਕਪੂਰਥਲੇ ਬਹੁਤ ਸੀ ਮਹਾਰਾਜ ਦੇ ਸ਼ਹਿਰ ਕਿਹੜਾ ਕਿਹੜਾ ਹੈ ਕਿਹੜਾ ਕਿਹੜਾ ਸੀ ਜਿਹੜਾ ਜਲੰਧਰ ਰਿਆਸਤ ਕਪੂਰਥਲਾ ਕੌਣ ਸੀ ਬੇਲੀ ਉੱਥੇ ਆਪਣਾ ਆਪਣੇ ਖੱਤਰੀ ਬੇਲੀ ਸੀਗੇ ਸਿੱਖ ਵੀ ਬੇਲੀ ਸੀਗੇ ਕਿਹੜੇ ਪਿੰਡ ਦੇ ਮੁਸਲਮਾਨ ਵੀ ਬੇਲੀ ਸੀ ਕਿਹੜੇ ਕਿਹੜੇ ਪਿੰਡ ਦੇ ਸਨ ਖੱਤਰੀ ਹੁਣ ਮਰ ਗਿਆ ਹੁੰਦਾ ਮੈਨੂੰ ਕਿਹੜਾ ਰਹਿ ਗਿਆ ਚੇਤਾ 100 ਸਾਲ ਹੋ ਗਿਆ ਬਾਬਾ ਬਦਲ ਗਈ ਹੈ ਕਾਇਆ ਪਲਟ ਗਈ ਵਾਕਿਆ ਲਓ ਜੀ ਗੱਲਬਾਤ ਕੀਤੀ ਬਾਬੇ ਹੋਣਾਂ ਨਾਲ ਅਤੇ ਇਹਨਾਂ ਦੱਸੀਆਂ ਆਪਣੀਆਂ ਕਹਾਣੀਆਂ ਸਟੋਰੀ ਅਤੇ ਪਹਿਲਾਂ ਦੀਆਂ ਸਾਂਝਾਂ ਇਹਨਾਂ ਨੇ ਬਜ਼ੁਰਗਾਂ ਨੇ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਅਤੇ ਪਹਿਲਾਂ ਦੀ ਸਾਂਝ ਦੇ ਵੀ ਝਾਤੀ ਪਾਈ ਵੀ ਕਿਵੇਂ ਵਸਦੇ ਸਨ ਕਿਵੇਂ ਕਿੰਨੇ ਯਾਰ ਬੇਲੀ ਸਨ ਹਿੰਦੂਆਂ ਦੇ ਖੱਤਰੀਆਂ ਦੇ ਉਰਲੇ ਪਰਲੇ ਸਾਰੇ ਦੱਸੇ ਸੋ ਸਾਡੀ ਪੰਜਾਬੀ ਲਹਿਰ ਟੀਮ ਦੀ ਕੋਸ਼ਿਸ਼ ਵੀ ਇਹ ਕਿ ਪਹਿਲਾਂ ਜਿਹੜੀਆਂ ਸਾਂਝਾਂ ਸਨ ਉਹਨਾਂ ਨੂੰ ਅਸਰੇ ਨਾ ਹੋ ਜਿਹੜਾ ਵਾ ਦੁਬਾਰਾ ਤੋਂ ਬੇਸ਼ੱਕ ਬਾਰਡਰ ਵੱਜੇ ਰਹਿਣ ਦੋਵੇਂ ਪਾਸੇ ਮੁਲਕ ਆਪਾਂ ਆਪਣੀ ਥਾਈ ਰਹਿਣ ਲੇਕਿਨ ਪਿਆਰ ਮੁਹੱਬਤ ਅਮਨ ਜਿਹੜਾ ਵਾ ਇੱਕ ਵਧੀਆ ਹਮਸਾਏ ਹੋ ਕੇ ਆਪਾਂ ਵਸੀਏ ਇਸ ਲੜਾਈ ਝਗੜੇ ਜੰਗ ਦੀ ਦੌੜ 'ਚੋਂ ਨਿਕਲ ਕੇ ਪਿਆਰ ਮੁਹੱਬਤ ਅਮਨ ਦੀ ਦੌੜ 'ਚ ਆਈਏ ਤਰੱਕੀ ਦੀ ਦੌੜ 'ਚ ਆਈਏ ਸੋ ਮਿਲਦੇ ਹਾਂ ਫਿਰ ਅਗਲੇ ਪ੍ਰੋਗਰਾਮ 'ਚ ਰੱਬ ਰੱਖਾ।